ਦੇਸ਼ ਵਿਦੇਸ਼ ਬੈਠੇ ਸਾਰੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਯਾਨੀ ਸੋਮ ਸਹੋਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਉਸ ਮੇਲੇ ਸ਼ਬਦ ਨੂੰ ਲੈ ਕੇ ਬਹੁਤ ਸਾਰੇ ਗੀਤ ਲਿਖੇ ਗਏ ਨੇ, ਬਹੁਤ ਸਾਰੇ ਗਾਏ ਗਏ ਨੇ। ਲੇਕਿਨ ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਮੇਲਾ ਜਿਹੜਾ ਹੈ ਲੋਕਾਂ ਵਿੱਚ ਇੰਨੀ ਕਰਿਓਸਟੀ ਹੋਇਆ ਕਰਦੀ ਸੀ, ਇੰਨੀ ਖਿੱਚ ਹੋਇਆ ਕਰਦੀ ਸੀ ਕਿ 15-15, 20-20 ਦਿਨ ਮੇਲਾ ਵੇਖਣ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਐਟਮੋਸਫੀਅਰ ਹੈ, ਉਹਨਾਂ ਦਾ ਜਿਹੜਾ ਵਾਤਾਵਰਨ ਹੈ, ਉਹ ਮਤਲਬ ਪੂਰੀ ਤਰ੍ਹਾਂ ਮੇਲਿਆਂ ਵਰਗਾ ਹੋ ਜਾਂਦਾ ਸੀ। ਮਤਲਬ ਉਹਨਾਂ ਨੂੰ ਕਰਿਓਸਟੀ ਹੁੰਦੀ ਸੀਗੀ ਕਿ ਅਸੀਂ ਮੇਲੇ 'ਚ ਜਾਣਾ, ਔਰ ਮੇਲੇ ਜਾਣ ਤੋਂ ਪਹਿਲਾਂ ਇਹ ਕੰਮ ਸਾਡੇ ਪੂਰੇ ਹੋਣੇ ਚਾਹੀਦੇ ਆ। ਪਸ਼ੂਆਂ ਦਾ ਚਾਰਾ ਪੂਰਾ ਹੋਣਾ ਚਾਹੀਦਾ ਹੈ, ਪਸ਼ੂਆਂ ਦੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ, ਸਾਫ਼ ਕੱਪੜੇ ਹੋਣੇ ਚਾਹੀਦੇ, ਮਤਲਬ ਸਾਰਾ ਹੀ ਕੁਛ ਹੁੰਦਾ ਸੀ। ਲੇਕਿਨ ਪੁਰਾਣੇ ਸਮੇਂ ਵਿੱਚ ਲੋਕ ਮੇਲਿਆਂ ਦੇ ਵਿੱਚ ਹਵਾਈ ਜਹਾਜ਼ਾਂ ਜਾਂ ਕਾਰਾਂ ਵਿੱਚ ਨਹੀਂ ਸੀ ਜਾਇਆ ਕਰਦੇ, ਉਹ ਗੱਡਿਆਂ 'ਤੇ ਜਾਇਆ ਕਰਦੇ ਸੀ, ਟਰੈਕਟਰ ਟਰੈਲੀਆਂ 'ਤੇ ਜਾਇਆ ਕਰਦੇ ਸੀ, ਔਰ ਰੇਹੜਿਆਂ 'ਤੇ ਜਾਇਆ ਕਰਦੇ ਸੀ। ਜੇ ਲੜਕੀਆਂ ਦੀ ਗੱਲ ਕਰੀਏ ਤਾਂ ਮੇਲਿਆਂ ਦੇ ਵਿੱਚੋਂ ਬਹੁਤ ਕੁਛ ਖਰੀਦਣ ਦੀ ਉਹਨਾਂ ਦੇ ਅੰਦਰ ਕਰਿਓਸਟੀ ਹੁੰਦੀ ਸੀ, ਉਹ ਚਾਹੁੰਦੀਆਂ ਹੁੰਦੀਆਂ ਸੀ ਕਿ ਅਸੀਂ ਮੇਲੇ ਜਾਈਏ, ਕੁਛ ਨਾ ਕੁਛ ਖਰੀਦ ਕੇ ਜ਼ਰੂਰ ਲਿਆਈਏ। ਲੇਕਿਨ ਅੱਜ ਮੇਲੇ ਲੱਗਦੇ ਨੇ, ਨੋ ਡਾਊਟ ਮੇਲੇ ਲੱਗਦੇ ਨੇ, ਲੇਕਿਨ ਲੋਕਾਂ ਦੇ ਵਿੱਚ ਮੇਲਿਆਂ ਦੀ ਜਿਹੜੀ ਕਰਿਓਸਟੀ ਹੈ ਉਹ ਪਹਿਲਾਂ ਵਰਗੀ ਨਹੀਂ ਹੈ। ਆਖਿਰ ਕਾਰਨ ਕੀ ਹੈ ਕਿ ਲੋਕ ਪਹਿਲਿਆਂ ਵਾਂਗ ਮੇਲਿਆਂ ਵਿੱਚ ਹੁੰਮ ਹੁਮਾ ਕੇ ਨਹੀਂ ਜਾਂਦੇ? ਇਸ ਪੂਰੀ ਗੱਲਬਾਤ ਨਾਲ ਮੇਰੇ ਲੈ ਜੁੜ ਚੁੱਕੇ ਨੇ ਮੈਡਮ ਪਰਮਜੀਤ ਕੌਰ ਜੀ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਮੇਲੇ ਵੇਖੇ ਨੇ ਔਰ ਉਸ ਦੇ ਮੇਲੇ ਅਤੇ ਅੱਜ ਦੇ ਮੇਲਿਆਂ ਵਿੱਚ ਕੀ ਅੰਤਰ ਲੱਗਦਾ। ਪਰਮਜੀਤ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਸ਼ੁਕਰੀਆ ਸਹੋਤਾ ਜੀ। ਅੱਜ ਦਾ ਵਿਸ਼ਾ ਵੀ ਬਹੁਤ ਵਧੀਆ, ਇਹ ਵੀ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਹੈ। ਜਿਸ ਤਰ੍ਹਾਂ ਕਿ ਆਪਾਂ ਮੇਲਿਆਂ ਦੀ ਗੱਲ ਕਰਨ ਲੱਗੇ ਹਾਂ, ਮੇਲਿਆਂ ਦਾ ਮਤਲਬ ਹੀ ਹੁੰਦਾ ਹੈ ਮੇਲ ਮਿਲਾਪ, ਇੱਕ ਜਗ੍ਹਾ 'ਤੇ ਇਕੱਠੇ ਹੋਣਾ ਔਰ ਉਸ ਤੋਂ ਬਾਅਦ ਆਪਣਾ ਮਨੋਰੰਜਨ ਕਰਨਾ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਆਪਣੇ ਪੁਰਾਣੇ ਜ਼ਮਾਨੇ 'ਚ ਇੰਨੇ ਜ਼ਿਆਦਾ ਮਨੋਰੰਜਨ ਦੇ ਸਾਧਨ ਨਹੀਂ ਸੀ ਹੁੰਦੇ, ਬਹੁਤ ਸਾਦੀ ਜ਼ਿੰਦਗੀ ਹੁੰਦੀ ਸੀ, ਲੋਕ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਸੀ। ਪਰ ਇਹ ਜ਼ਰੂਰ ਹੈ ਕਿ ਸਾਡੇ ਪੰਜਾਬ ਦੇ ਵਿਰਸੇ ਦੇ ਵਿੱਚ ਬੜੀਆਂ ਗੱਲਾਂ ਜੁੜੀਆਂ ਹੋਈਆਂ ਜਿਹੜੀ ਕਿ ਬਹੁਤ ਅਮੀਰੀ ਨਾਲ ਸੰਬੰਧਿਤ ਨੇ। ਸਾਡਾ ਖਾਣ ਪੀਣ, ਸਾਡਾ ਜੋਸ਼ੀਲਾਪਨ, ਅੱਛੀਆਂ ਸਿਹਤਾਂ ਔਰ ਘਰਾਂ ਦੇ ਵਿੱਚ ਅਸਲੀ ਚੀਜ਼ਾਂ ਵਰਤੀਆਂ ਜਾਣੀਆਂ, ਦੁੱਧ ਦਹੀਂ ਮੱਖਣ, ਜੋ ਘਰਾਂ ਦਾ ਲੱਸੀ ਘਰ ਦੀ ਹੋਣੀ, ਇਸ ਕਰਕੇ ਸਿਹਤਾਂ ਵਧੀਆ ਹੁੰਦੀਆਂ ਸੀ। ਪਰ ਉਸ ਟਾਈਮ ਮਿਲਾਵਟੀ ਚੀਜ਼ਾਂ ਨਹੀਂ ਸੀ ਹੁੰਦੀਆਂ, ਪਰ ਜ਼ਿੰਦਗੀ ਬਹੁਤ ਸਾਦੀ ਹੁੰਦੀ ਸੀ। ਲੇਕਿਨ ਜਦੋਂ ਕਹਿੰਦੇ ਮੇਲਾ ਸ਼ਬਦ ਜਾਂ ਮੇਲਾ ਕਿਸੇ ਪਿੰਡ ਦੇ ਵਿੱਚ ਨੇੜੇ ਤੇੜੇ ਆਉਂਦਾ ਸੀ ਤਾਂ ਚਿਹਰਿਆਂ ਦੇ ਉੱਪਰ ਹਰਿਆਲੀ ਆ ਜਾਂਦੀ ਸੀ ਕਿ ਕਰਿਓਸਟੀ ਹੁੰਦੀ ਸੀ ਕਿ ਯਾਰ ਫਲਾਨੀ ਜਗ੍ਹਾ ਮੇਲਾ ਦੇਖਣ ਜਾਣਾ। ਤੁਸੀਂ ਔਰ ਦੌਰ ਦੇਖਿਆ, ਤੁਸੀਂ ਬਚਪਨ 'ਚ ਕੋਈ ਮੇਲਾ ਦੇਖਿਆ ਕਿ ਆਪਣੇ ਮਾਤਾ ਪਿਤਾ ਦੀ ਉਂਗਲੀ ਫੜ ਕੇ ਬੱਚਿਆਂ ਦੀ ਤਰ੍ਹਾਂ ਮਤਲਬ ਮੇਲੇ ਵਿੱਚ ਗਏ ਹੋ? ਹਾਂਜੀ ਸੋਤਾ ਜੀ, ਮੈਂ ਮੇਰੇ ਨਾਨਕੇ ਬਸੀ ਪਠਾਣਾ ਪਿੰਡ ਹੈਗੇ ਨੇ, ਮਤਲਬ ਕਸਬਾ ਹੀ ਬਸੀ ਪਠਾਣਾ, ਹੁਣ ਤਾਂ ਡਿਵੈਲਪ ਹੋ ਗਿਆ। ਔਰ ਉਸ ਦੇ ਨਾਲ ਹੀ ਸਾਡੇ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋ ਜੋੜ ਮੇਲਾ ਲੱਗਦਾ ਸੀ, ਉਹ ਉਸਨੂੰ ਬੜੀ ਸ਼ਰਧਾ ਦੇ ਨਾਲ ਸਾਰੇ ਜਾਂਦੇ ਸੀ। ਮੈਂ ਬਹੁਤ ਬਚਪਨ ਤੋਂ ਉਹ ਦੇਖਿਆ, ਮਤਲਬ ਕਿ ਲੋਕਾਂ ਨੂੰ ਇੰਨਾ ਕਰੇਜ਼ ਹੁੰਦਾ ਸੀ, ਇੱਕ ਇੱਕ ਮਹੀਨਾ ਪਹਿਲਾਂ ਆਪਣੇ ਘਰਾਂ ਦੀਆਂ ਸਫਾਈਆਂ ਸ਼ੁਰੂ ਕਰ ਦਿੰਦੇ ਸੀ, ਘਰ ਸਜਾ ਕੇ ਰੱਖਦੇ ਸੀ, ਫਿਰ ਨਵੇਂ ਕੱਪੜੇ ਵੀ ਸਿਲਾਉਂਦੇ ਸੀ। ਮਤਲਬ ਇਹ ਮਤਲਬ ਇੱਕ ਤਾਂ ਆਪਾਂ ਮੰਨਦੇ ਹਾਂ ਕਿ ਉਹ ਸ਼ਹੀਦੀ ਜੋੜ ਮੇਲਾ ਸੀ, ਸਾਡੇ ਸਾਹਿਬਜ਼ਾਦਿਆਂ ਨਾਲ, ਛੋਟੇ ਸਾਹਿਬਜ਼ਾਦਿਆਂ ਨਾਲ ਜੁੜਿਆ ਹੋਇਆ ਸੀ। ਉੱਥੇ ਜਾ ਕੇ ਅਸੀਂ ਸੁਣਦੇ ਸੀ, ਦੇਖਦੇ ਸੀ ਕਿ ਆਪਣੀ ਕਿ ਕਿਸ ਤਰ੍ਹਾਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਹੈ ਨਾ, ਅਤੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਯਾਦ ਕਰਨ ਜਾਂਦੇ ਸੀਗੇ। ਪਰ ਨਾਲ ਦੀ ਨਾਲ ਇਹ ਵੀ ਹੁੰਦਾ ਸੀ ਕਿ ਅਸੀਂ ਉੱਥੇ ਜਾ ਕੇ ਇਕੱਠੇ ਹੋਣਾ, ਥੋੜ੍ਹੀ ਜਿਹੀ ਅਲੱਗ ਚੀਜ਼ਾਂ ਵੀ ਦੇਖਣੀਆਂ ਨੇ, ਅਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਉਸ ਟਾਈਮ 'ਤੇ। ਆਵਾਜਾਈ ਦੇ ਸਾਧਨ ਵੀ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ। ਮੈਨੂੰ ਯਾਦ ਹੈ ਕਿ ਅਸੀਂ ਬਸੀ ਪਠਾਣਾ ਤੋਂ ਪੈਦਲ ਫਤਿਹਗੜ੍ਹ ਸਾਹਿਬ ਤੱਕ ਜਾਂਦੇ ਸੀਗੇ, ਔਰ ਛੋਟੇ ਛੋਟੇ ਹੁੰਦੇ ਸੀ, ਬਹੁਤ ਬਚਪਨ ਦੀ, ਮੈਨੂੰ ਲੱਗਦਾ ਮੈਂ 4 ਕੁ ਸਾਲ ਦੀ ਹੋਵਾਂਗੀ ਉਦੋਂ ਦੀ ਗੱਲ ਕਰਦੀ ਹਾਂ। ਅਤੇ ਲੋਕਾਂ 'ਚ ਕਰੇਜ਼ ਹੁੰਦਾ ਸੀ ਕਿ ਅਸੀਂ ਮੇਲੇ ਦੇਖਣੇ। ਸਭ ਤੋਂ ਪਹਿਲਾਂ ਮੇਲਾ ਮੈਂ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ ਹੀ ਦੇਖਿਆ ਹੋਇਆ। ਅੱਛਾ ਮੈਡਮ, ਗੱਲ ਕੀ ਹੈ ਕਿ ਇਹ ਵੀ ਦੱਸੋ ਕਿ ਕਹਿੰਦੇ ਕਿ ਉਸ ਵੇਲਾ ਮੁਟਿਆਰਾਂ ਜਿਹੜੀਆਂ ਸੀ ਉਹ ਗਾਨੀਆਂ ਚੂੜੀਆਂ ਮਤਲਬ ਇਸ ਤਰ੍ਹਾਂ ਦਾ ਖਰੀਦਣ ਦਾ ਉਹਨਾਂ ਦੇ ਅੰਦਰ ਬੜੀ ਕਰਿਓਸਟੀ ਹੁੰਦੀ ਸੀਗੀ, ਔਰ ਖਾਸ ਕਰਕੇ ਜੇ ਗੱਭਰੂਆਂ ਦੀ ਗੱਲ ਕਰੀਏ ਤਾਂ ਉਹ ਵੀ ਕਿਸੇ ਵਾਸਤੇ ਕੋਈ ਨਾ ਕੋਈ ਮੇਲਿਆਂ 'ਚੋਂ ਨਿਸ਼ਾਨੀ ਖਰੀਦੇ ਹੁੰਦੇ ਸੀ, ਇਹ ਸੁਣਿਆ ਗਿਆ ਹੈ। ਕੀ ਇਹ ਜੋ ਮੈਂ ਸੁਣਿਆ ਉਹ ਸੱਚ ਸੁਣਿਆ? ਹਾਂਜੀ ਸਹੋਤਾ ਜੀ, ਕੁੜੀਆਂ ਦਾ ਕੁਦਰਤੀ ਹੈ ਕਿ ਇਹਨਾਂ ਨੂੰ ਸਜਨ ਸਮਰਨ ਦਾ ਬਹੁਤ ਸ਼ੌਂਕ ਹੁੰਦਾ ਜੀ, ਔਰ ਇਹ ਚੀਜ਼ਾਂ ਉਹਨਾਂ ਨੂੰ ਬਹੁਤ ਵਧੀਆ ਲੱਗਦੀਆਂ ਨੇ। ਛੋਟੇ ਛੋਟੀਆਂ ਕੁੜੀਆਂ ਨੂੰ ਲਗਾ ਲਓ ਜਾਂ ਮੁਟਿਆਰਾਂ ਨੂੰ ਲਗਾ ਲਓ, ਉਹਨਾਂ ਦੀ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ ਕਿ ਅਸੀਂ ਸਜਣਾ ਸਮਰਨ ਆਪਣੇ ਆਪ ਨੂੰ, ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ। ਗਾਨੀ ਪਾਉਣ ਦੇ ਨਾਲ ਉਹ ਆਪਣੇ ਆਪ ਨੂੰ ਇੱਦਾਂ ਮਹਿਸੂਸ ਕਰਦੇ ਨੇ ਕਿ ਅਸੀਂ ਪਤਾ ਨਹੀਂ ਸਭ ਤੋਂ ਜ਼ਿਆਦਾ ਵਧੀਆ ਲੱਗ ਰਹੇ ਹਾਂ। ਔਰ ਛੋਟੇ ਛੋਟੇ ਬੱਚਿਆਂ ਨੇ ਕਾਂਟੇ ਮੁੰਦੀਆਂ ਲਗਾ ਲਓ, ਚੂੜੀਆਂ ਲਗਾ ਲਓ, ਪੰਜੇਬਾਂ ਲਗਾ ਲਓ, ਔਰ ਪਰਾਂਦੀਆਂ ਦਾ ਸ਼ੌਂਕ ਹੁੰਦਾ ਸੀ ਉਦੋਂ, ਪਰਾਂਦੀਆਂ ਵੀ ਪਾਉਂਦੇ ਸੀਗੇ।
ਤੇ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ। ਅੱਜ ਪਰਾਂਦੀਆਂ ਕਿੱਥੇ ਗਈਆਂ, ਮਤਲਬ ਪਰਾਂਦੀਆਂ ਪਾਉਣ ਨੂੰ ਜਗ੍ਹਾ ਹੀ ਹੈ ਨਹੀਂ ਜਾਂ ਪਰਾਂਦੀਆਂ ਹੀ ਖਤਮ ਹੋ ਗਈਆਂ? ਨਹੀਂ ਜੀ, ਪਰਾਂਦੀਆਂ ਮੈਂ ਦੇਖਦੀ ਹਾਂ ਕਿ ਕਿਲਾ ਚੌਂਕ 'ਚ ਪਰਾਂਦੀਆਂ ਬਣਦੀਆਂ ਵੀ ਬਹੁਤ ਨੇ। ਹਾਂਜੀ, ਅਤੇ ਮੇਰਾ ਇੱਕ ਵਾਰੀ ਪਰਾਂਦੀਆਂ ਬਣਾਉਣ ਵਾਲੇ ਨਾਲ ਗੱਲ ਵੀ ਹੋਈ ਸੀ ਕਿ ਤੁਸੀਂ ਇੰਨੀਆਂ ਪਰਾਂਦੀਆਂ ਬਣਾਉਂਦੇ ਹੋ, ਇਹ ਜਾਂਦੀਆਂ ਕਿੱਥੇ ਨੇ? ਵੀ ਮੈਂ ਕਦੇ ਕਿਸੇ ਨੂੰ ਪਰਾਂਦੀ ਪਾਈ ਹੋਈ ਨਹੀਂ ਦੇਖੀ, ਪਰ ਉਹ ਕਹਿੰਦੇ ਨਹੀਂ ਇਹ ਪਟਿਆਲੇ 'ਚ ਲੋਕ ਘੱਟ ਪਾਉਂਦੇ ਨੇ, ਪਰ ਬਾਹਰ ਸਾਡੀਆਂ ਪਰਾਂਦੀਆਂ ਬਹੁਤ ਵਿਕਦੀਆਂ ਨੇ। ਔਰ ਅਗਰ ਆਪਾਂ ਮੰਨ ਲਈਏ ਕਿ ਫੋਰਨ ਕੰਟਰੀ 'ਚ ਜੋ ਸਾਡੇ ਪੰਜਾਬੀ ਗਏ ਹੋਏ ਨੇ, ਉਹ ਵੀ ਸਾਡਾ ਵਿਰਸਾ ਸੰਭਾਲ ਕੇ ਰੱਖ ਰਹੇ ਨੇ, ਉਹਨਾਂ ਕੋਲ ਵੀ ਉਹ ਵੀ ਇਹ ਚੀਜ਼ਾਂ ਪਾ ਕੇ ਖੁਸ਼ ਹੁੰਦੇ ਨੇ। ਪਟਿਆਲੇ ਵਿੱਚ ਜਦੋਂ ਤੁਸੀਂ ਆਏ ਸੀ ਮੈਡਮ, ਤਾਂ ਉਸ ਵੇਲੇ ਨੇੜੇ ਤੇੜੇ ਕਦੇ ਵੀਰ ਦੇ ਨਾਲ ਮੇਲਾ ਦੇਖਣ ਜਾਣ ਦਾ ਸਬੱਬ ਮਿਲਿਆ? ਹਾਂਜੀ, ਮੈਂ ਮੇਲਾ ਦੇਖਣ, ਅਸੀਂ ਵਿਸਾਖੀ ਦਾ ਮੇਲਾ ਦੁਖਨਿਵਾਰਨ ਸਾਹਿਬ ਲੱਗਦਾ ਜੀ, ਉਹ ਮੇਲਾ ਦੇਖਣ ਗਏ ਹਾਂ। ਅਤੇ ਜਿਸ ਤਰ੍ਹਾਂ ਆਪਾਂ ਤੁਸੀਂ ਪਰਾਂਦੀਆਂ ਦੀ ਗੱਲ ਕਰ ਰਹੇ ਸੀ, ਮੈਂ ਪਰਾਂਦੀਆਂ ਬਹੁਤ ਪਾਈਆਂ, ਮੈਂ ਫੁਲਕਾਰੀਆਂ ਵੀ ਬਹੁਤ ਲਈਆਂ ਨੇ। ਹਾਂਜੀ, ਅਤੇ ਮੇਲਾ ਠੀਕ ਹੈ, ਹੁੰਦਾ ਹੈ, ਪਰ ਮੇਲੇ 'ਚ ਜਾ ਕੇ ਅਸੀਂ ਇੱਕ ਤਾਂ ਸ਼ਰਧਾ ਦੇ ਨਾਲ ਜਾਂਦੇ ਹਾਂ ਜੋ ਧਾਰਮਿਕ ਜਗ੍ਹਾ 'ਤੇ ਜਾਣਾ ਹੁੰਦਾ, ਉਸ ਤੋਂ ਇਲਾਵਾ ਜੋ ਝੂਲੇ ਹੁੰਦੇ ਨੇ ਇੰਜੋਏ ਕਰਦੇ ਨੇ ਸਾਰੇ, ਹੈ ਨਾ, ਅਲੱਗ ਅਲੱਗ ਚੀਜ਼ਾਂ 'ਤੇ। ਜਿਸ ਤਰ੍ਹਾਂ ਲਗਾ ਲਈਏ ਕਿ ਇਹ ਤਾਂ ਹੋ ਗਿਆ ਪਟਿਆਲੇ ਵਿਸਾਖੀ ਦੇ ਮੇਲੇ ਦੀ ਮੈਂ ਗੱਲ ਕਰ ਰਹੀ ਹਾਂ, ਇੱਕ ਛਪਾਰ ਦਾ ਮੇਲਾ ਹੈ ਜੀ, ਉਹ ਤਾਂ ਟੋਟਲੀ ਸਾਡਾ ਕਲਚਰ ਦਿਖਾਇਆ ਜਾਂਦਾ ਉਹਦੇ ਵਿੱਚ, ਅਲੱਗ ਅਲੱਗ ਸਿੰਗਰ ਵੀ ਜਾਂਦੇ ਨੇ ਅਤੇ ਝੂਲੇ ਲੱਗਦੇ ਨੇ, ਬੜੀਆਂ ਸਟਾਲਾਂ ਲੱਗਦੀਆਂ ਨੇ ਦੂਸਰੇ ਸਮਾਨ ਦੀਆਂ। ਕੀ ਫਰਕ ਲੱਗਦਾ ਤੁਹਾਨੂੰ ਪੁਰਾਣੇ ਮੇਲਿਆਂ ਦੇ ਵਿੱਚ ਅਤੇ ਅੱਜ ਦੇ ਮੇਲਿਆਂ ਵਿੱਚ? ਪੁਰਾਣੇ ਮੇਲਿਆਂ ਦੇ ਵਿੱਚ ਕਹਿੰਦੇ ਸਿਕਿਉਰਿਟੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਸੀ, ਮਤਲਬ ਕੋਈ ਡਰ ਭੈ ਹੀ ਨਹੀਂ ਹੁੰਦਾ ਸੀਗਾ ਵੀ ਕੋਈ ਚੋਰੀ ਹੋ ਜਾਏਗੀ ਜਾਂ ਕਿਸੇ ਨਾਲ ਕੋਈ ਛੇੜਛਾੜ ਕਰ ਲਏਗਾ ਜਾਂ ਕਿਸੇ ਦੇ ਨਾਲ ਕੋਈ ਗਲਤ ਹਰਕਤ ਕਰ ਲਏਗਾ। ਅੱਜ ਮੇਲੇ ਤਾਂ ਲੱਗਦੇ ਨੇ ਪਰ ਮੇਲਿਆਂ ਤੋਂ ਵੱਧ ਜਿਹੜੀ ਆ ਸਿਕਿਉਰਿਟੀ ਖੜੀ ਹੁੰਦੀ ਹੈ, ਕਾਰਨ ਕੀ ਹੈ? ਹਾਂਜੀ, ਗੱਲ ਫਿਰ ਸੋਤਾ ਜੀ ਉਹੀ ਆ ਜਾਂਦੀ ਹੈ ਕਿ ਪਹਿਲਾਂ ਸੰਗ ਸ਼ਰਮ ਹੁੰਦੀ ਸੀ ਜੀ, ਹਰ ਇਨਸਾਨ ਦੇ ਵਿੱਚ ਇੱਕ ਦੂਜੇ ਦਾ ਡਰ ਹੁੰਦਾ ਸੀ ਵੱਡਿਆਂ ਦਾ, ਕਿਉਂਕਿ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ। ਇਹ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿੱਥੇ ਸਾਂਝਾ ਪਰਿਵਾਰ ਹੁੰਦਾ ਸੀ ਉੱਥੇ ਜ਼ਰੂਰ ਵੱਡਿਆਂ ਦਾ ਡਰ ਹੁੰਦਾ ਸੀ, ਬੱਚਿਆਂ ਨੂੰ ਆਪਣੇ ਘਰਦਿਆਂ ਤੋਂ ਵੀ ਡਰ ਹੁੰਦਾ ਸੀ, ਔਰ ਉਹ ਘਰਦਿਆਂ ਤੋਂ ਹੀ ਇੱਕ ਇੱਕ ਪਰਿਵਾਰ ਤੋਂ ਹੀ ਸਾਡਾ ਸਮਾਜ ਬਣਦਾ ਹੈ, ਅਤੇ ਸਮਾਜ ਵਿੱਚ ਸਾਰੇ ਉਹੀ ਗੱਲਾਂ ਹੁੰਦੀਆਂ ਸੀ ਅਤੇ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਲੋਕ ਪੂਰਾ ਇੰਜੋਏ ਕਰਦੇ ਸੀ, ਕੁੜੀਆਂ ਨੂੰ ਇੰਨਾ ਡਰ ਨਹੀਂ ਸੀ ਹੁੰਦਾ ਕਿਉਂਕਿ ਉਹਨਾਂ ਦੇ ਨਾਲ ਵੱਡੇ ਜ਼ਰੂਰ ਹੁੰਦੇ ਸੀਗੇ ਦੇਖਣ ਵਾਸਤੇ। ਪਰ ਅਸੀਂ ਅੱਜ ਦੇਖਦੇ ਹਾਂ ਕਿ ਅੱਜ ਕੱਲ੍ਹ ਇੱਕ ਤਾਂ ਸਾਡੇ 'ਚ ਵੀ ਕਮੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਕੱਲਿਆਂ ਨੂੰ ਛੱਡ ਦਿੱਤਾ ਅਤੇ ਉਹ ਬੱਚਿਆਂ 'ਚ ਥੋੜ੍ਹਾ ਸਾਡੇ ਮਤਲਬ ਪੱਛਮੀ ਸੱਭਿਆਚਾਰ ਦਾ ਵੀ ਅਸਰ ਹੋਇਆ ਕਿ ਆਪਣੇ ਆਪ ਨੂੰ ਜ਼ਿਆਦਾ ਖੁੱਲ੍ਹਾ ਸਮਝਣ ਲੱਗ ਗਏ ਨੇ। ਦੇਖੋ, ਖੁੱਲ੍ਹੇ ਰਹਿਣਾ ਮਤਲਬ ਆਪਣੇ ਆਪ ਨੂੰ ਸੋਚ ਨੂੰ ਵੱਡੇ ਕਰਨਾ, ਆਪਣੇ ਆਪ ਨੂੰ ਜ਼ਿਆਦਾ ਆਜ਼ਾਦ ਮਹਿਸੂਸ ਕਰਨਾ, ਇਹ ਬਹੁਤ ਵਧੀਆ ਗੱਲ ਹੈ। ਪਰ ਉਹਦੇ ਨਾਲ ਜੋ ਸਾਡਿਆ ਨੈਤਿਕ ਕਦਰਾਂ ਕੀਮਤਾਂ ਨੇ, ਸਾਨੂੰ ਉਹ ਨਹੀਂ ਗਵਾਉਣੀਆਂ ਚਾਹੀਦੀਆਂ, ਉਹ ਸਾਨੂੰ ਆਪਣੇ ਨਾਲ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਹੋਰ ਅੱਗੇ ਵੱਧ ਸਕੀਏ। ਬਿਲਕੁਲ ਜੀ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ ਕਿਉਂਕਿ ਬੱਚਿਆਂ ਨੂੰ ਕਦੇ ਮਤਲਬ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਕੁਛ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ, ਉਹ ਸ਼ਾਇਦ ਪਛਤਾਵਾ ਜ਼ਿੰਦਗੀ ਦਾ ਸਭ ਤੋਂ ਮੌਤ ਦਾ ਕਾਰਨ ਦੱਸਿਆ ਜਾ ਸਕਦਾ। ਮੈਡਮ, ਪੁਰਾਣੇ ਸਮੇਂ ਦੇ ਵਿੱਚ ਜਿਹੜਾ ਮੇਲਾ ਸੀ ਉੱਥੇ ਕੀ ਜ਼ਿਆਦਾ ਪਕਵਾਨ ਬਣਿਆ ਕਰਦੇ ਸੀ, ਕੀ ਚੀਜ਼ ਖਾਂਦੇ ਸੀ, ਉਸ ਵੇਲਾ ਦੀ ਕੋਈ ਸਾਨੂੰ ਗੱਲ ਜ਼ਰੂਰ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਆਪਣੇ ਬਚਪਨ ਦੀ ਗੱਲ ਤੋਂ ਦੱਸਾਂਗੀ, ਉਸ ਟਾਈਮ 'ਤੇ ਜਲੇਬੀਆਂ ਬੜੀਆਂ ਮਸ਼ਹੂਰ ਹੁੰਦੀਆਂ ਸੀਗੀਆਂ। ਪਾਣੀ ਆ ਗਿਆ, ਸੱਚੀ ਪਾਣੀ ਆ ਗਿਆ ਮੈਡਮ, ਗਰਮ ਗਰਮ ਜਲੇਬੀਆਂ ਹੋਣ ਤਾਂ ਫਿਰ ਨਜ਼ਾਰਾ ਹੀ ਹੈ। ਜਲੇਬੀਆਂ, ਪਕੌੜੇ ਔਰ ਇੱਕ ਖਜਲਾ ਨਾਮ ਦਾ ਬਣਾਇਆ ਜਾਂਦਾ, ਉਹ ਇਹ ਚੀਨੀ ਤੋਂ ਬਣਦਾ, ਇੱਕ ਬਹੁਤ ਵੱਡਾ ਰੋਟੀ ਟਾਈਪ ਹੁੰਦਾ, ਥੋੜ੍ਹਾ ਵੱਡਾ ਹੁੰਦਾ, ਉਹ ਲੋਕ ਬਹੁਤ ਮੇਲਿਆਂ 'ਚ ਹੁੰਦਾ, ਉਹਨੂੰ ਲੋਕ ਆਪਣੇ ਘਰ ਵੀ ਲੈ ਕੇ ਜਾਂਦੇ ਸੀਗੇ ਔਰ ਕਿੰਨੇ ਕਿੰਨੇ ਦਿਨ ਉਹ ਚੱਲ ਜਾਂਦਾ ਖਰਾਬ। ਕਹਿੰਦੇ ਵੀ ਜਲੇਬੀਆਂ ਬਜ਼ੁਰਗ ਖਾਂਦੇ ਵੀ ਬਹੁਤ ਸੀ ਉਸ ਸਮੇਂ? ਹਾਂਜੀ, ਉਹ ਖਾਂਦੇ ਸੀ ਕਿਉਂਕਿ ਉਹ ਫਿਜ਼ੀਕਲੀ ਕੰਮ ਕਰਦੇ ਸੀ ਔਰ ਉਹਨਾਂ ਨੂੰ ਹਜ਼ਮ ਵੀ ਹੋ ਜਾਂਦੀਆਂ ਸੀਗੀਆਂ। ਹਾਂਜੀ, ਅੱਜ ਕੱਲ੍ਹ ਤਾਂ ਜੇ ਖਾ ਕੇ ਮੰਜੇ 'ਤੇ ਬੈਠਣਾ ਤਾਂ ਉਸ ਦੇ ਨਾਲ ਸਾਡੀ ਸਿਹਤ ਹੀ ਖਰਾਬ ਹੁੰਦੀ ਹੈ। ਆਹੀ ਕਾਰਨ ਹੈ ਕਿ ਅਸੀਂ ਆਪਣੀਆਂ ਸਰੀਰਕ ਜੋ ਕੰਮ ਕਾਜ ਉਹ ਛੱਡਦੇ, ਮਸ਼ੀਨਾਂ ਦੇ ਥਰੂ ਕਰਦੇ ਹਾਂ, ਆਪਾਂ ਫਿਜ਼ੀਕਲੀ ਕੋਈ ਇੰਨੀ ਐਕਟੀਵਿਟੀ ਨਹੀਂ ਕਰਦੇ। ਪਹਿਲਾਂ ਸਾਰੇ ਕੰਮ ਹੀ ਖੁਦ ਹੱਥ ਨਾਲ ਕੀਤੇ ਜਾਂਦੇ ਸੀ, ਮਸ਼ੀਨਾਂ ਨਹੀਂ ਸੀ ਹੁੰਦੀਆਂ ਔਰ ਬੜੀ ਮਿਹਨਤੀ ਲੋਕ ਹੁੰਦੇ ਸੀਗੇ। ਬਿਲਕੁਲ ਜੀ, ਅੱਜ ਮੈਡਮ ਦੇ ਨਾਲ ਮੇਲਿਆਂ ਦੀ ਗੱਲਬਾਤ ਕਰਕੇ ਅਸੀਂ ਪੁਰਾਣੇ ਜ਼ਮਾਨੇ ਵਿੱਚ ਪਹੁੰਚ ਗਏ, ਉਹਨਾਂ ਜਲੇਬੀਆਂ ਦੀ ਗੱਲਬਾਤ ਕੀਤੀ, ਪਕੌੜਿਆਂ ਦੀ ਗੱਲਬਾਤ ਕੀਤੀ, ਇੱਕ ਹੋਰ ਇਹਨਾਂ ਨੇ ਖਜ਼ਲਾ ਕੀ? ਹਾਂਜੀ, ਉਹ ਚੀਨੀ ਤੋਂ ਬਣਦਾ, ਉਸਨੂੰ ਪੁਰਾਣਾ ਨਾਮ ਤਾਂ ਖਜ਼ਲਾ ਹੀ ਕਿਹਾ ਜਾਂਦਾ। ਬਿਲਕੁਲ ਬਿਲਕੁਲ, ਹੋ ਸਕਦਾ ਕਿ ਸਾਡੇ ਦੁਆਬੇ ਵਿੱਚ ਉਸਨੂੰ ਮਤਲਬ ਗੱਚਕ ਵੀ ਕਹਿ ਸਕਦੇ ਹਾਂ। ਗੱਚਕ ਤੋਂ ਅਲੱਗ ਹੁੰਦੀ ਆ, ਉਹ ਗੱਚਕ ਤੋਂ ਅਲੱਗ ਹੁੰਦੀ ਆ, ਠੀਕ ਹੈ ਜੀ। ਸੋ ਦੋਸਤੋ, ਉਸ ਦੌਰ ਦੀ ਗੱਲਬਾਤ ਕੀਤੀ ਹੈ ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਹੈ ਵਿਰਸਾ ਵਾਜਾ ਮਾਰਦਾ, ਲੇਕਿਨ ਜਾਂਦੇ ਜਾਂਦੇ ਮੈਡਮ ਨੇ ਇੱਕ ਗੱਲ ਕੀਤੀ ਹੈ ਕਿ ਜਦੋਂ ਤੱਕ ਆਪਾਂ ਕਿਸੇ ਨੂੰ ਵੀ ਆਜ਼ਾਦੀ ਦਿੰਦੇ ਹਾਂ, ਜੇਕਰ ਕੋਈ ਗਲਤ ਆਜ਼ਾਦੀ ਦਾ ਫਾਇਦਾ ਲੈਂਦਾ ਤਾਂ ਉਸਦਾ ਨੁਕਸਾਨ ਵੀ ਹੁੰਦਾ ਹੈ, ਉਸਦਾ ਨੁਕਸਾਨ ਇਸ ਕਦਰ ਹੁੰਦਾ, ਜਾਂ ਫਿਰ ਉਸਨੂੰ ਸਿਰਫ ਦੋ ਰਸਤੇ ਨਜ਼ਰ ਆਉਂਦੇ ਨੇ, ਜਾਂ ਤਾਂ ਫਿਰ ਮੌਤ ਔਰ ਜਾਂ ਫਿਰ ਜ਼ਿੰਦਗੀ। ਲੇਕਿਨ ਮੌਤ ਔਰ ਜ਼ਿੰਦਗੀ ਦੇ ਵਿੱਚ ਇੱਕ ਹੈ ਮੇਲ ਮਿਲਾਪ, ਉਹ ਹੈ ਪੁਰਾਣੀ ਗੱਲਬਾਤ ਜਿਸ ਦਾ ਨਾਮ ਹੈ ਜੀ ਮੇਲਾ।
ਪ੍ਰੋਗਰਾਮ ਤੁਹਾਨੂੰ ਸਾਡਾ ਕਿਸ ਤਰ੍ਹਾਂ ਲੱਗਾ, ਹਮੇਸ਼ਾ ਦੀ ਤਰ੍ਹਾਂ ਨੀਚੇ ਕਮੈਂਟ ਦੇ ਰੂਪ ਵਿੱਚ ਫੀਡਬੈਕ ਜ਼ਰੂਰ ਦੇਣੀ ਹੈ। ਔਰ ਮੈਡਮ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਅੱਜ ਦਾ ਇਹ ਵਿਸ਼ਾ, ਖਾਸ ਕਰਕੇ ਮੇਲਾ ਵਿਸ਼ਾ ਕਿਸ ਤਰ੍ਹਾਂ ਦਾ ਲੱਗਾ, ਕਿਸ ਤਰ੍ਹਾਂ? ਦੇਖੋ ਜੀ, ਮੇਲਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਨਾਮ ਹੈ ਜੀ। ਔਰ ਮੈਂ ਅੱਜ ਕੱਲ੍ਹ ਦੇਖਦੀ ਹਾਂ ਕਿ ਅੱਜ ਕੱਲ੍ਹ ਵਿਰਾਸਤੀ ਮੇਲੇ ਵੀ ਬਹੁਤ ਲੱਗਦੇ ਨੇ, ਇਹ ਵੀ ਇੱਕ ਮੇਲੇ ਦਾ ਹਿੱਸਾ। ਉਸ ਵਿਰਾਸਤ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਟਿਆਲੇ ਵਿਰਾਸਤੀ ਮੇਲਾ ਲੱਗਦਾ, ਉਹ ਸਾਰੇ ਹੀ ਸਾਡੇ ਹਿੰਦੁਸਤਾਨ ਦੇ ਮੇਲੇ, ਇਹਨਾਂ ਵਿਰਾਸਤੀ ਮੇਲਿਆਂ ਨੂੰ ਸਰਕਾਰੀ ਰੂਪ ਦਿੱਤਾ ਗਿਆ। ਪਹਿਲਾਂ ਕੋਈ ਸਰਕਾਰੀ ਰੂਪ ਨਹੀਂ ਸੀ? ਹਾਂਜੀ, ਸਰਕਾਰੀ ਰੂਪ ਨਹੀਂ ਸੀ, ਪਰ ਇੱਕ ਗੱਲ ਵਧੀਆ ਲੱਗਦੀ ਹੈ ਕਿ ਇੱਕ ਤਾਂ ਸਾਨੂੰ ਦੂਜੇ ਸੂਬਿਆਂ ਦਾ ਕਲਚਰ ਪਤਾ ਲੱਗ ਜਾਂਦਾ, ਉਹ ਸਾਡੇ ਕੋਲ ਕਲਚਰ ਪਹੁੰਚਦਾ, ਸਾਡੇ ਕੋਲ ਸੱਭਿਆਚਾਰਕ ਗਤੀਵਿਧੀਆਂ ਪਹੁੰਚਦੀਆਂ ਨੇ, ਉਹਨਾਂ ਦੇ ਜੋ ਫੋਕ ਡਾਂਸਿਸ ਨੇ ਉਹ ਇਸ ਮੇਲੇ 'ਚ ਕਰਵਾਏ ਜਾਂਦੇ ਨੇ, ਅਤੇ ਉਹ ਬਹੁਤ ਵਧੀਆ ਲੱਗਦਾ ਜੀ। ਮੇਲਾ ਤਾਂ ਹੈ ਹੀ ਸਭ ਤੋਂ ਵਧੀਆ ਚੀਜ਼ ਹੈ। ਸੋ ਬਹੁਤ ਬਹੁਤ ਮਿਹਰਬਾਨੀ ਪਰਮਜੀਤ ਜੀ, ਤੁਸੀਂ ਵਕਤ ਕੱਢਿਆ। ਸੋ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਨੂੰ ਆਪਣੇ ਦੋਸਤ ਸੋਮ ਸਹੋਤਾ ਨੂੰ ਅਤੇ ਸਾਡੇ ਅੱਜ ਦੇ ਰਿਸਪੈਕਟਡ ਮੈਡਮ ਪਰਮਜੀਤ ਕੌਰ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।